आलो जा ले वृंदर वर्ग के थे ने उधर ही आदे कमरे च माए कहना जी तेरे गल करनी सी इक उनो बाई मार के ले गया की काम है वो काम ता है देख गगन रोज फोन कर दिया रो रो के उठे हुन ओदा कौन हैगा वो कहनी मेनू आके लेके जाओ मैं वृंदर वर्ग कहना गल करनी सी उन्होंने पूछ के ते चल वृंदर नु ले आऊंगा चल कोई नहीं आ जूगी ला जूगी दो दिन ओ दो दिन नहीं ਉਹਨੇ ਇੱਥੇ ਰੱਖਣਾਗਾ ਆਪਾਂ ਇੱਥੇ ਤਾਂ ਫਿਰ ਆਪਾਂ ਕੀ ਕਰਾਉਣਾ ਹੈ ਕਿ ਹੁੰਦਾ ਉੱਥੇ ਘਰ ਬਾਹਰ ਹੈਗਾ ਜ਼ਮੀਨ ਹੈਗੀ ਕਿੱਲਾ ਡੇਢ ਕਿੱਲਾ ਉੱਥੇ ਰਹਿ ਪੂਗੀ ਉਹ ਜ਼ਮੀਨ ਦੀ ਗੱਲ ਨਹੀਂ ਜ਼ਮੀਨ ਤਾਂ ਚਾਹੇ ਉਹ ਠੇਕੇ ਦੇ ਦੂਗੀ ਨਿੱਕਾ ਜਿਹਾ ਜਵਾਕ ਹੈ ਉਹਨੂੰ ਲੈ ਕੇ ਸਾਰਾ ਦਿਨ ਰੋਈ ਜਾਂਦੀ ਰਹਿੰਦੀ ਹੈ ਹੁਣ ਉਹਦਾ ਰਿਹਾ ਵੀ ਨਹੀਂ ਕੋਈ ਮਾਂ ਪਿਓ ਤਾਂ ਉਹਦਾ ਪਹਿਲੇ ਹੈ ਨਹੀਂ ਸੀਗਾ ਤੇ ਪ੍ਰਾਹੁਣਾ ਮਰ ਗਿਆ ਜਿੱਦਿਨ ਦਾ ਉਦੋਂ ਦੀ ਉਹ ਜਮਾ ਗੱਲੀ ਹੋ ਗਈ ਉਹ ਤਾਂ ਠੀਕ ਆ ਚਲ ਕਰ ਲਓ ਫਿਰ ਵਰਿੰਦਰ ਵਰਗਿਆਂ ਨਾਲ ਰਹਿ ਬਾਜ ਮਾਰਦੇ ਵਰਿੰਦਰ ਸਰਬੀ ਉਰੇ ਆਇਓ ਆਏ ਦੀਦੀ ਚੱਲ ਜਦੋਂ ਆ ਜਾਣਗੇ ਚੁੱਪ ਕਰ ਜਾ ਆ ਜਾ ਬਾਈ ਵਿੰਦਰ ਬਹਿ ਜਾ ਹੋ ਠੀਕ ਹੋ ਜੀ ਠੀਕ ਹੈ ਹਾਂ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਗੱਲ ਕਰਨੀ ਸੀ ਗਗਨ ਨਾ ਫੋਨ ਕਰਦੀ ਆ ਮੈਨੂੰ ਰੋਜ਼ ਰੋਂਦੀ ਰਹਿੰਦੀ ਆ ਤੈਨੂੰ ਪਤਾ ਦੇਖ ਹੁਣ ਉਹਦਾ ਕੋਈ ਰਿਹਾ ਨਹੀਂਗਾ ਹਾਂ ਠੀਕ ਹੈ ਉਹ ਮੈਨੂੰ ਕਹਿੰਦੀ ਕਹਿੰਦੀ ਮੈਨੂੰ ਇੱਥੋਂ ਲੈ ਕੇ ਜਾਓ ਕਹਿੰਦੀ ਮੇਰਾ ਦਿਲ ਨਹੀਂ ਲੱਗਦਾ ਹੈਗਾ ਹੁਣ ਤੈਨੂੰ ਵੀ ਪਤਾ ਦੇਖ ਵਰਿੰਦਰ ਪ੍ਰਾਹੁਣੇ ਮਰੇ ਨੂੰ ਟਾਈਮ ਹੋ ਗਿਆ ਠੀਕ ਹੈ ਤੇ ਉਹਦੇ ਮਾਂ ਪਿਓ ਪਹਿਲੇ ਹੈ ਨਹੀਂ ਸੀਗੇ ਹੁਣ ਉਹ ਵਿਚਾਰੀ ਦਾ ਕੱਲੀ ਦਾ ਉੱਥੇ ਦਿਲ ਨਹੀਂ ਲੱਗਦਾ ਹੈਗਾ ਜੇ ਆਪਾਂ ਉਹਨੂੰ ਲੈ ਕੇ ਨਾ ਆਏ ਤਾਂ ਫਿਰ ਆਪਣਾ ਵੀ ਉਹਨੂੰ ਕੀ ਸਹਾਰਾ ਹੈਗਾ ਉਹੀ ਗੱਲ ਆ ਵੀ ਸੱਸ ਸੁਹਰਾ ਤਾਂ ਜਦੋਂ ਪਹਿਲਾਂ ਹੈ ਨਹੀਂ ਸੀਗਾ ਹਾਂ ਤੇ ਪ੍ਰਾਹੁਣਾ ਵੀ ਹੁਣ ਮੁੱਕ ਗਿਆ ਤੇ ਹੁਣ ਆਪਾਂ ਹੀ ਸਹਾਰਾ ਹੈ ਉਹਦਾ ਠੀਕ ਹੈ ਮੈਂ ਤੈਨੂੰ ਐਂ ਕਹਿੰਦਾ ਸੀਗਾ ਵੀਰ ਬਣ ਕੇ ਦੇਖ ਜਾ ਕੇ ਉਹਨੂੰ ਲੈ ਕੇ ਆ ਤੂੰ ਬਾਈ ਇੱਥੇ ਕੀ ਕਰੂਗੀ ਆ ਕੇ ਗਗਨ 2.5 ਕਿੱਲੇ ਜ਼ਮੀਨ ਦੇ ਆ ਉੱਥੇ ਰਹਿਣ ਦੇ ਉਹਨੂੰ ਉਹ ਸਰਬੀ ਮੇਰੀ ਗੱਲ ਸੁਣ ਹੁਣ ਪੇਕੇ ਨਹੀਂ ਆਊਗੀ ਤਾਂ ਹੋਰ ਕਿੱਥੇ ਆਊਗੀ ਉਹ ਕਿਹੋ ਜਿਹੀਆਂ ਗੱਲਾਂ ਕਰਦੀ ਹੈਗੀ ਤੂੰ ਸਹੀ ਗੱਲ ਕਹਿੰਦਾ ਬਾਈ ਵਰਿੰਦਰ ਜੇ ਇੱਥੇ ਨਾ ਆਊਗੀ ਤਾਂ ਹੋਰ ਕਿੱਧਰ ਜਾਊਗੀ ਉਹ ਸਾਨੂੰ ਹੁਣ ਆਪਦੇ ਭਰਾ ਸਮਝ ਕੇ ਸਾਨੂੰ ਗੱਲ ਦੱਸਦੀ ਹੈ ਹੁਣ ਤੂੰ ਹੋਰ ਕਿਉਂ ਦੱਸੇ ਉਹ ਗੱਲ ਜਦੋਂ ਕੋਈ ਰਹਿ ਹੀ ਨਹੀਂਗਾ ਉਹ ਤਾਂ ਠੀਕ ਆ ਐ ਤਾਂ ਨਹੀਂ ਕਹਿੰਦੇ ਵੀ ਨਾ ਲਿਓ ਉਹ ਕਹੀ ਤਾਂ ਜਾਣੇ ਆ ਵੀ 5-4 ਦਿਨ ਰਹਿ ਕੇ ਫਿਰ ਵਗ ਜਾਇਆ ਕਰੂਗੀ ਤੁਸੀਂ ਤਾਂ ਹੁਣ ਉਹਨੂੰ ਪੱਕੀ ਕੱਢਣ ਨੂੰ ਫਿਰਦੇ ਹੋ ਰੇ ਸੋਨੂੰ ਕੀ ਤਕਲੀਫ ਹੈ ਉਹਦਾ ਵੀ ਘਰ ਹੈ ਇਹ ਉਹ ਵੀ ਇੱਥੇ ਰਹਿ ਸਕਦੀ ਹੈ ਉਹਦਾ ਵੀ ਹੱਕ ਹੈ ਇੱਥੇ ਅਸੀਂ ਐ ਤਾਂ ਨਹੀਂ ਕਹਿੰਦੇ ਹੱਕ ਨਹੀਂ ਫਿਰ ਜਮਾ ਬੈਠਣ ਦਾ ਹੱਕ ਤਾਂ ਨਹੀਂ ਵੀ ਉੱਥੇ ਰਹਿ ਲੂਗੀ ਹੁੰਡਾ ਹੈਗਾਗਾ ਉਹਦਾ ਉਹ ਜਦੋਂ ਕੋਈ ਰਹਿ ਹੀ ਨਹੀਂਗਾ ਫਿਰ ਹੁਣ ਜਵਾਕ ਨਿੱਕਾ ਹੈਗਾ ਉਹਦੇ ਸਾਰੇ ਥੋੜੀ ਕੱਟ ਸਕਦੀ ਹੈ ਲੋਕ ਤੈਨੂੰ ਪਤਾ ਲੋਕ ਕਿੰਨੇ ਤਾਨੇ ਮਾਰਦੇ ਨੇ ਲੋਕਾਂ ਦੀਆਂ ਕਿਹੋ ਜਿਹੀਆਂ ਨਿਗਾਵਾਂ ਹੁੰਦੀਆਂ ਨੇ ਉਹ ਤਾਂ ਠੀਕ ਆ ਹੁਣ ਵੀ ਤਾਂ 2 ਮਹੀਨੇ ਹੋ ਗਏ ਕੱਟੀ ਜਾਂਦੀ ਆ ਉਹ ਫਿਰ ਕੋਈ ਗੱਲ ਨਹੀਂ ਹੁਣ ਜੇ ਉਹਨੂੰ ਕੋਈ ਦੁੱਖ ਹੈ ਤਾਂ ਹੀ ਉਹ ਮੇਰੇ ਕੋਲੇ ਰੋਂਦੀ ਹੈ ਚਲੋ ਠੀਕ ਆ ਤੁਸੀਂ ਕਿਹੜਾ ਸਾਡੇ ਸੁਣਨੇ ਹੁੰਦੀ ਹੈ ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਵਰਿੰਦਰ ਬਾਈ ਤੂੰ ਜਾ ਕੇ ਨਾ ਗਗਨ ਨੂੰ ਲੈ ਕੇ ਆ ਨਾਲੇ ਆਪਣੇ ਭਾਣਜੇ ਨੂੰ ਠੀਕ ਹੈ ਕੋਈ ਗੱਲ ਨਹੀਂ ਵੀ ਮੈਂ ਹੁਣੇ ਜਾਣਾ ਮੈਂ ਲੈ ਆਉਣਾ ਹਾਂ ਤੂੰ ਜਾ ਤੇ ਲੈ ਕੇ ਆ ਉਹਨਾਂ ਨੂੰ ਠੀਕ ਹੈ मैनूं कहिंदी है मैनूं लै जा भाई इत्थों आके ठीक है ना तुसीं हुण किते ऐवें होर ना कोई स्यापा खड़ा कर दिओ आउंदियां नूं किते बोलण लग जाओ कुछ ਉਹ ਚੱਲ ਕੋਈ ਗੱਲ ਨਹੀਂ ਮੈਨੂੰ ਪਤਾ ਹੀ ਹੈ ਜਾ ਬਾਗ ਜਾ ਫਿਰ ਆਪਦਾ ਕੰਮ ਕਰ ਲੋ ਜਾ ਕੇ ਉਹ ਮੈਂ ਤਾਂ ਜਾਣਾ ਹੀ ਆ ਮੈਂ ਤਾਂ ਤੈਨੂੰ ਗੱਲ ਦੱਸਦਾ ਵੀ ਐਵੇਂ ਨਾ ਆਪਦੇ ਦਿਮਾਗ ਤੇ ਬੋਝ ਪਾਓ ਕੋਈ ਗੱਲ ਨਹੀਂ ਫਿਰ ਕੀ ਹੈ ਸਾਡੇ ਦਾ ਕਾਦਾ ਉਹ ਕਿਹੜਾ ਕੋਈ ਵਿਚਾਰੀ ਇੱਥੇ ਸੁੱਖੀ ਸੰਦੀ ਆਉਂਦੀ ਹੈ ਉਹਦੇ ਮਹਾਰਾਜ ਨੇ ਚੱਲ ਕੋਈ ਨਹੀਂ ਤੁਸੀਂ ਆਪਦਾ ਐਵੇਂ ਨਾ ਉਹ ਕਰੋ ਮੈਂ ਤਾਂ ਚੱਲ ਛੋਟੀ ਜੀ ਤਾਂ ਨਹੀਂ ਬੋਲੀ ਬੋਲਣਾ ਚਲ ਉਹ ਤਾਂ ਮੈਨੂੰ ਡਾਕਟਰ ਨੇ ਬੈੱਡ ਰੈਸਟ ਦੱਸੀ ਹੈਗੀ ਚਲ ਤੇਰਾ ਵੀ ਕੰਮ 'ਚ ਹੱਥ ਵਟਾ ਦਿਆ ਤੂੰ ਉਹ ਕੰਮ ਤਾਂ ਭੈਣ ਭਰਾਵੇ ਕੰਮ ਦਾ ਤਾਂ ਹੋ ਜਾਊਗਾ ਗੱਲ ਤਾਂ ਗੱਲ ਦੀ ਹੈਗੀ ਉਹ ਕਿਲਾ ਮੂੰਹ ਨਾ ਬਣਾਓ ਮੂੰਹ ਨਾ ਬਣਾਈਏ ਹੋਰ ਦੱਸ ਕੀ ਕਰੀਏ ਜਿਹੜੀ ਆਉਣ ਤੋਂ ਪਹਿਲੇ ਹੀ ਇੰਨਾ ਕੁਛ ਬੋਲੀ ਜਾਂਦੀ ਉਹਦੇ ਆਏ ਤੋਂ ਤਾਂ ਪਤਾ ਨਹੀਂ ਕੀ ਕਰਨਗੇ ਚਲ 2-4 ਦਿਨ ਲਾ ਕੇ ਤੁਰ ਜੂਗੀ ਕੋਈ ਨਹੀਂ ਆ ਹੋ ਗੱਲ ਸਹੀ ਹੈ ਉਹਨੂੰ ਕਹਿ ਦਾਂਗੇ ਆਪਾਂ ਗੱਲੀ ਗੱਲੀ ਵੀ ਭਾਈ ਪੇਕੇ ਤਾਂ 5-7 ਦਿਨਾਂ ਵਾਸਤੇ ਹੁੰਦੇ ਆ ਸਦਾ ਵਾਸਤੇ ਤਾਂ ਨਹੀਂ ਹੁੰਦੇ ਹਾਂ ਬਾਕੀ ਤੂੰ ਮਾੜਾ ਮੋਟਾ ਕਹਿ ਦਿਆ ਖਲੀ ਠੀਕ ਆਪੀ ਅਗਲੇ ਨੂੰ ਸਮਝ ਆ ਜੂਗੀ ਮੈਂ ਆਪਦੇ ਉੱਥੇ ਜਾਵਾਂ
ਹੈਗਾ ਅਗਾ ਕਿੱਲਾ ਡੇਢ ਕਿੱਲਾ ਉਹਦੇ ਪਤਾ ਨਹੀਂ ਵੀ ਤੂੰ ਆਪਦਾ ਉੱਥੇ ਬੈਠੀ ਰਹਿ ਵਧੀਆ ਉਹੀ ਬਸ ਉਹੀ ਤੇ ਗਾ ਚੰਗਾ ਠੇਕਾ ਆਉਂਦਾ ਗਾ ਤੂੰ ਦੱਸ ਕੇ ਇੱਥੇ ਆ ਕਰਨਾ ਸੁੱਤੀਆਂ ਪਈਆਂ ਸਰਬੀ ਭੈਣ ਆਈ ਆ ਅੱਛਾ ਸਤਿ ਸ਼੍ਰੀ ਅਕਾਲ ਮਾਮੀ ਸਤਿ ਸ਼੍ਰੀ ਅਕਾਲ ਮੈਂ ਲੋਟੋ ਕੇ ਬਈ ਸਤਿ ਸ਼੍ਰੀ ਅਕਾਲ ਮਾਮੀ ਸਤਿ ਸ਼੍ਰੀ ਅਕਾਲ ਹੋਰ ਗਗਨ ਕਿਵੇਂ ਆ ਠੀਕ ਆ ਭਾਬੀ ਸਤਿ ਸ਼੍ਰੀ ਅਕਾਲ ਬਾਹਲਾ ਦੁਪਹਿਰਾ ਸੀ ਹੱਥ ਨੇ ਜੇ ਆ ਜਾਂਦੇ ਧੁੱਪ ਤਾਂ ਇੰਨੀ ਆ ਉਹ ਭਾਬੀ ਜਦੋਂ ਆਉਣਾ ਹੀ ਸੀਗਾ ਹਨਾ ਮੈਂ ਚੱਲ ਕੀ ਧੁੱਪ ਕੀ ਛਾਂ ਬਸ ਫਿਰ ਤੁਰ ਪਏ ਅਸੀਂ ਮੈਨੂੰ ਆਏ ਸੀ ਬਾਈ ਵਰਿੰਦਰ ਹਰ ਕਹਿੰਦੇ 100 ਕੰਮ ਕਾਰ ਕਰਨੇ ਹੁੰਦੇ ਆ ਹੋਰ ਫਿਰ ਕੰਮ ਤਾਂ ਕਰਨੇ ਆ ਕਿਹੜਾ ਵਿਹਲੇ ਨੇਗੇ ਹਾਂ ਇਹ ਤਾਂ ਹੈ ਹੋਰ ਭਾਬੀ ਗਰਮੀ ਬਾੜੀ ਆ ਬਾਹਰ ਦਾ ਹੋਰ ਬਾੜੀ ਖਾ ਲਈ ਪਾਣੀ ਲਿਆਉਂਦੀ ਠੰਡੇ ਨੂੰ ਕੀ ਸੀ ਬਹਿ ਜਾ ਭਾਬੀ ਚੱਲ ਲਿਆਂਦਾ ਪਿਆ ਸੀ ਮੈਂ ਚੱਲ ਲਿਆਉਂਗੀ ਚੱਲ ਚੰਗਾ ਪੀ ਲੈ ਚੱਕ ਲੈ ਗਾ ਸਰਬੀ ਮੇਰੀ ਗੱਲ ਸੁਣ ਹਾਂਜੀ ਮੈਂ ਖੇਤ ਚਾਹ ਲੈ ਕੇ ਆਣੀ ਆ ਚਾਹ ਬਣਾ ਦੇ ਦੀਦੀ ਬਣਾ ਦੂੰਗੀ ਨਾ ਚਾਹ ਹਾਂ ਤਾਂ ਸੁੱਕੀਆਂ ਪਈਆਂ ਉੱਠੀਆਂ ਹੋਈਆਂ ਹੁਣ ਓਏ ਹੁਣ ਤਾਂ ਆਈ ਆ ਭੈਣਾ ਚੱਲ ਫਿਰ ਇਹ ਕਿਹੜਾ ਪਹਿਲੀ ਵਾਰ ਆਈ ਆ ਬਣਾ ਦੂੰਗੀ ਚਾਹ ਚੱਲ ਕੋਈ ਨਾ ਭਾਬੀ ਫਿਰ ਮੈਂ ਬਣਾ ਦਿੰਦੀ ਆ ਮੈਨੂੰ ਕੀ ਹੁੰਦਾ ਚੱਲ ਆ ਹੋ ਜੇ ਤਾਂ ਪੀਣੀ ਆ ਨਾਲੇ ਆਪਦੀ ਬਣਾ ਲਾ ਨਾਲੇ ਚੱਲ ਖੇਤ ਨੂੰ ਤੇਰੇ ਵੀਰੇ ਦੀ ਪਾ ਦਿਆਂ ਸੀ ਤਾਂ ਪੀਣੀ ਨਹੀਂ ਹੈਗੀ ਹੋਰ ਉਹ ਵੀ ਤੁਸੀਂ ਪਈਆਂ ਸੀ ਹਨਾ ਤਾਂ ਦੁਪਹਿਰੇ ਦੁਪਹਿਰੇ ਖਾਤਾ ਚੱਲ ਕੋਈ ਗੱਲ ਨਹੀਂ ਤੁਸੀਂ ਪੈ ਜੇ ਮੈਂ ਹੀ ਬਣਾ ਲੈਣੀ ਆ ਘੁੱਟ ਚਾਹ ਨਾਲੇ ਬਾਈ ਨੂੰ ਬਾਅਦ ਵਿੱਚ ਚੱਲ ਕੋਈ ਨਹੀਂ ਆ ਤਾਂ ਪੀ ਲਾਗਦਾ ਪੀ ਜਾ ਪਹਿਲਾਂ ਫਿਰ ਬਣਾ ਲਈ ਕੋਈ ਨਹੀਂ ਜੂਠਾ ਕੌਣ ਪੀਊਗਾ ਚੱਲ ਕੋਈ ਨਾ ਅਭੀ ਪੀ ਲੂਗੀ ਮੈਂ ਸੋਈ ਚ ਨਾਲੇ ਚਾਹ ਧਰ ਦਿੰਦੀ ਚੱਲ ਠੀਕ ਆ ਕੋਈ ਤੇਰੀ ਮਰਜ਼ੀ ਹੈ ਜੀ ਬਣਾ ਲੈ ਪਣੇ ਹਾਂ ਵੀਰੇ ਬਣ ਗਈ ਚਾਹ ਬਣੇ ਹਾਂ ਵੀਰੇ ਪਾਤੀ ਸੀ ਮੈਂ ਚਾਹ ਤਾਂ ਬਣੀ ਚਲੋ ਵੀਰੇ ਉਹਨਾਂ ਦੇ ਭਾਈ ਨੂੰ ਦੱਸ ਦੂੰਗਾ ਮੈਂ ਵੀ ਭੈਣ ਆ ਗਈ ਸੀ ਠੀਕ ਹੈ ਵੀਰੇ ਉਹ ਤਾਂ ਰੱਖਨੇ ਆਉਗੇ ਘਰੇ ਤੇ ਭਾਂਡੇ ਨਹੀਂ ਲੈ ਕੇ ਜਾਂਦੇ ਖੇਤ ਭਾਂਡੇ ਹੈਗੇ ਖੇਤ ਭੈਣ ਸਾਡੇ ਕੋਲ ਚਲ ਠੀਕ ਹੈ ਵੀਰੇ ਮੈਂ ਭਾਂਡੇ ਧੋਈ ਜਾਂਦੀ ਸੀ ਵਾਲ ਤਾਂ ਕਰ ਲਾ ਦੀਦੀ ਜੀ ਕੋਈ ਤਾਂ ਨਹੀਂ ਆ ਉਹ ਗੱਲ ਮੂਰੇ ਪਾ ਬੈਠੇ ਆ ਨਹੀਂ ਇੱਧਰ ਹੋ ਜਾ ਜਰਾ ਲੈ ਭਾਬੀ ਉਹਨਾਂ ਹੋ ਜਾਂਦੇ ਆ ਭਾਬੀ ਤੋਰ ਨਹੀਂ ਬਣਾ ਲਾ ਮੈਂ ਹਾਂ ਹਾਂ ਬਣਾ ਲਾ ਤੋਰ ਕੇ ਬਸ ਠੀਕ ਆ ਹੋਰ ਕੀ ਪਈਆਂ ਸੀਗੀਆਂ ਇਹ ਬਣ ਗਈਆਂ ਹੋਰ ਕੀ ਬਣਾ ਹੋਰ ਭਾਬੀ ਤੁਸੀਂ ਤਾਂ ਜਦੋਂ ਦੇ ਮੈਂ ਆਈ ਆ ਟੀਵੀ ਦੇਖੀ ਜਾਂਦੇ ਕੋਈ ਦੁੱਖ ਸੁੱਖ ਸੁਣਾ ਦੋ ਮੈਨੂੰ ਕੋਈ ਗੱਲ ਕਰ ਲਓ ਮੇਰੀ ਸੁਣ ਲਓ ਕੋਈ ਭਾਬੀ ਮੇਰਾ ਵੀ ਐ ਜੀ ਜਾ ਨਹੀਂ ਲੱਗਦਾ ਚੁੱਪ ਕਰ ਜਾ ਗਾ ਖੜ ਜਾ ਫਿਰ ਦੇਖਾਂਗੇ ਦੁੱਖ ਸੁੱਖ ਪਹਿਲਾਂ ਟੀਵੀ ਦੇਖ ਲੈਂਦੇ ਯਾਰ ਸਾਨੂੰ ਹੋਰ ਨਾਟਕ ਲੰਗੀ ਜਾਂਦਾ ਵਾ ਵਿੱਚ ਨਾ ਬੋਲ ਚੱਲ ਦੇਖ ਲਓ ਭਾਬੀ ਫਿਰ ਤੁਸੀਂ ਚੁੱਪ ਤਾਂ ਕਰ ਜਾ ਆਹੋ ਇਹਦਾ ਨਾਟਕ ਲਾਣਾਂਗੇ ਜੇ ਸ਼ਰਮ ਤਾਂ ਨਹੀਂ ਆਉਂਦੀ ਸੱਸੀ ਕਾ ਬਣੇ ਸੱਸੀ ਕਾ ਬਾਈ ਕਦੋਂ ਆ ਗਏ ਸੀਗੇ ਬਾਈ ਇਸ ਤਰ੍ਹਾਂ ਆ ਗਏ ਸੀਗੇ 12 ਕੁ ਵਜੇ ਆ ਗਏ ਸੀ ਠੀਕ ਹੈ ਚੱਲ ਕੋਈ ਨਹੀਂ ਵਧੀਆ ਹੋ ਗਿਆ ਭੈਣੇ ਤੂੰ ਆ ਗਈ ਇੱਥੇ ਤੇ ਮੇਰੀ ਗੱਲ ਸੁਣ ਤੁਸੀਂ ਟੈਲੀਵਿਜ਼ਨ ਦੇਖੀ ਜਾਂਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਆਉਂਦੀ ਕੁੜੀ ਨੂੰ ਕੰਮ ਤੇ ਲਾਦਾ ਲਾ ਸਬਜੀ ਕੱਟਦੀ ਆ ਉਹ ਸਾਰੇ ਕੰਮ ਕਰਕੇ ਫੇਰ ਹੀ ਬੈਠੇ ਸੀ ਹਾਂ ਬਾਈ ਇਹਨਾਂ ਨੇ ਕੀਤਾ ਸੀ ਕੰਮ ਬਸ ਮੈਂ ਤਾਂ ਨਾ ਆ ਸਬਜੀ ਮੈਂ ਚੱਲ ਬੈਠੀ ਬੈਠੀ ਮੈਂ ਕੱਟ ਲੈਣੀ ਆ ਮੈਂ ਚੱਕ ਲੈ ਉਹ ਚੱਲ ਕੋਈ ਨਹੀਂ ਭੈਣੇ ਇਹਨਾਂ ਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਹੈ ਪਹਿਲੇ ਦਿਨ ਹੀ ਤੈਨੂੰ ਅਨਸਾਰ ਕੰਮ ਤੇ ਲਾਤਾ ਹੱਦ ਹੋਈ ਪਈ ਆ ਤੁਹਾਡੇ ਵਾਲੀ ਚੱਲ ਇਹਨੂੰ ਤਾਂ ਰੈਸਟ ਦੱਸੀ ਆ ਤੈਨੂੰ ਤਾਂ ਰੈਸਟ ਦੱਸੀ ਅਖੇ ਇਹਨੂੰ ਤਾਂ ਰੈਸਟ ਦੱਸੀ ਆ ਫਿਰ ਕੀ ਹੋ ਗਿਆ ਖਣਾ ਹੋ ਗਿਆ ਫਿਰ ਕੀ ਹੋ ਗਿਆ ਜੇ ਇਹਨੂੰ ਸਬਜ਼ੀ ਕੱਟ ਲਈ ਤੁਸੀਂ ਤਾਂ ਐ ਲੱਗ ਜੰਨੇ ਹੋ ਕਰਨ ਲੈ ਮੈਂ ਕੱਟ ਲੈਣੀ ਮੈਨੂੰ ਫੜਾ ਦੇ ਭਾਈ ਕੱਟ ਲੈ ਫਿਰ ਕੀ ਹੋ ਜਾਊਗਾ ਤੈਨੂੰ ਹੱਦ ਹੋਈ ਪਈ ਆ ਤੁਹਾਡੇ ਵਾਲੀ ਮੈਂ ਤਾਂ ਆਪ ਹੀ ਲੱਗ ਗਈ ਸੀ ਤੁਸੀਂ ਕਿਉਂ ਬੋਲਣ ਲੱਗ ਗਿਆ ਕੋਈ ਨਹੀਂ ਭੈਣੇ ਫਿਰ ਕੋਈ ਨਹੀਂ ਉਹਦਾ ਨਾ ਕੀ ਕੋਈ ਮਾੜੀ ਮੋਟੀ ਕੋਈ ਦੁੱਖ ਸੁੱਖ ਦੀ ਗੱਲ ਕਰਨੀ ਹੁੰਦੀ ਹੈ ਤਾਂ ਇਹਨਾਂ ਦਾ ਹੱਦ ਹੋਈ ਪਈ ਹੈ ਜੜ ਲੈ ਹੋਰ ਲੜਾਈ ਪਵਾਈ ਰੱਖਿਆ ਗੁਰੂ ਸਾਹਿਬ ਜਿਹੜੀ ਆਪਣਾ ਤੂੰ ਤਾਂ ਬੋਲਦੀ ਵੀ ਨਹੀਂ ਮੈਨੂੰ ਉਰੀ ਪਵਾਈ ਜਾਨੀ ਆ ਆਹ ਤਾਂ ਤੂੰ ਬੋਲਦੀ ਨਹੀਂ ਉਹ ਤਾਂ ਤੂੰ ਸਰੀਪਣੀ ਬਣ ਕੇ ਬਹਿ ਜਾਨੀ ਆ ਅੱਗੇ ਪਿੱਛੇ ਮੈਨੂੰ ਤੂੰ ਕਹੀ ਜਾਨੀ ਆ ਤੂੰ ਨਹੀਂ ਜਾਨੀ ਆ ਉਹ ਆ ਗਈ ਆਏ ਆ ਉਹ ਤਾਂ ਬੋਲ ਪਿਆ ਕਰ ਬਾਈ ਬੋਲੀ ਜਾਂਦਾ ਸੀ ਫਿਰ ਮੈਂ ਵਿੱਚ ਕੀ ਬੋਲਾਂ ਫਿਰ ਬਾਈ ਕੀ ਤੇਰੇ ਡਾਂਗ ਮਾਰਦਾ
ਅਭੀ ਤਾਂ ਚਾਹ ਲੈ ਕੇ ਸੀ। ਸਵੇਰੇ ਸਵੇਰੇ ਕੌਣ ਚਾਹ ਪੀਂਦਾ, ਨਹੀਂ ਤਾਂ ਲੇਟ ਉੱਠਦੇ ਆਂਗੇ। ਤੁਸੀਂ ਦੇਖ ਆ ਕੇ ਸਿਰ ਖਾਣ ਲੱਗ ਗਈ ਮੇਰਾ। ਨਹੀਂ ਭਾਬੀ, ਮੈਂ ਨਾ ਸੁਨੇਹਾ ਉੱਠਦੀ ਆ, ਮੈਨੂੰ ਪਹਿਲਾਂ ਤੋਂ ਆਦਤ। ਫਿਰ ਤੂੰ ਉੱਠਦੀ ਹੋਏਗੀ ਸੁਨੇਹਾ, ਮੈਂ ਤਾਂ 9 ਵਜੇ ਉੱਠਦੀ ਆਂਗੀ। ਨਹੀਂ ਚਾਹ ਤਾਂ ਵੀਰੇ ਨੂੰ ਚਾਹੀਦੀ ਹੁੰਦੀ ਆ, ਕਿਉਂਕਿ ਖੇਤ ਜਾਂਦਾ ਗਾ ਸੁਨੇਹਾ। ਕੋਈ ਨਾ, ਇਹ ਤਾਂ 10 ਵਜੇ ਜਾਊਗਾ ਦਫ਼ਤਰ। ਕੋਈ ਨਾ, ਉਹਨਾਂ ਨੂੰ ਵੀ ਫੜਾਇਆ ਆਉਣੇ। ਮੈਨੂੰ ਐਂ ਸੀ ਚੱਲ ਮੈਂ ਚਾਹ ਬਣਾ ਲਈ, ਹੁਣ ਘੁੱਟ ਘੁੱਟ ਸਾਰੇ ਪੀ ਲੈਣਗੇ। ਮੈਂ ਤਾਂ ਭੈਣੇ 9 ਵਜੇ ਉੱਠਦੀ ਆਂ, ਤੂੰ ਮੇਰਾ ਐਵੇਂ ਸਵੇਰੇ ਸਵੇਰੇ ਉੱਠ ਕੇ ਦਿਮਾਗ ਖਰਾਬ ਕਰਤਾ ਗਾ। ਚੱਲ ਅੱਜ ਦਿਨ ਚਾਹ ਪੀ ਲਓ ਭਾਬੀ, ਕੱਲ੍ਹ ਨੂੰ ਮੈਂ ਤੁਹਾਡੀ ਸਵੇਰੇ ਨਹੀਂ ਬਣਾਇਆ ਕਰਦੀ, ਲੇਟ ਬਣਾ ਦਿਆ ਕਰੂੰਗੀ। ਬਣਾ ਦਿਆ ਕਰੂੰਗੀ ਲੇਟ। ਉੱਠ ਖੜੋ ਜੀ, ਚਾਹ ਪੀ ਲਓ। ਅੱਜ ਇੰਨੀ ਜਲਦੀ ਕਿਵੇਂ ਬਣਾਤੀ ਚਾਹ? ਉਹ ਸਵੇਰੇ ਸਵੇਰੇ ਦਿਮਾਗ ਖਾਣ ਲੱਗ ਗਈ ਹੈ ਤੇਰੀ ਭੈਣ। ਉਹਨਾਂ ਨੇ ਤੂੰ ਸਿੱਧਾ ਬੋਲਿਆ ਕਰ ਉਹਨੂੰ। ਕੀ ਸਿੱਧਾ ਬੋਲਾਂ, ਤੈਨੂੰ ਪਤਾ ਮੈਂ 9 ਵਜੇ ਉੱਠਦੀ ਆਂਗੀ। ਚੱਲ ਫੇਰ ਕੀ ਹੋ ਗਿਆ, ਤੇ ਚੰਗੇ ਵਾਸਤੇ ਠਾਉਣੀ ਹੈ, ਫਿਰ ਕੀ ਮਾੜੀ ਗੱਲ ਹੋ ਗਈ? ਲੈ ਉਹ ਮੇਰਾ ਚੰਗਾ ਕੀ ਸੋਚੂਗੀ, ਆਪ ਤਾਂ ਚੰਗਾ ਹੋਇਆ ਨਹੀਂ ਉਹ ਤੋਂ। ਉਹ ਚੰਗਾ ਯਾਰ, ਤੇਰਾ ਤਾਂ ਹੀ ਕੁੱਤ ਕਲੇਸ਼ ਰਹਿੰਦਾ, ਮੈਂ ਜਾਣਾ ਉਹਦਾ। ਮੇਰਾ ਰਹਿੰਦਾ ਉੱਤੋਂ ਕਹਿੰਦਾ ਕੁੱਤ ਕਲੇਸ਼। ਤੜਕੇ ਤੜਕੇ ਜੀਣਾ ਦੁੱਬਰ ਕਰਤਾ ਉਹਨੇ, ਸੌਣ ਵੀ ਨਹੀਂ ਦਿੱਤਾ। ਭਾਬੀ, ਅਮਨ ਭਾਬੀ, ਆ ਲਓ ਚਾਹ। ਇਹ ਕੀ ਹੋ ਗਿਆ? ਚਾਹ ਲੈ ਕੇ ਆਈ ਭਾਬੀ। ਹਾਏ, ਐਡੀ ਛੇਤੀ ਚਾਹ ਨੂੰ ਕੀ ਸੀ ਗਗਨ, ਪੈਂਦੀ ਕਿਉਂ ਨਹੀਂ ਤੂੰ? ਤੜਕੀ ਕੀ ਹੋਇਆ ਤੈਨੂੰ ਉੱਠ ਕੇ? ਨਹੀਂ ਭਾਬੀ, 7 ਵਜੇ ਪਏ ਆ। ਫਿਰ ਅਸੀਂ ਬਸ 7:30 ਪੌਣੇ 8 ਉੱਠਦੇ ਹੁੰਨੇ ਆ। ਚੱਲ ਕੋਈ ਨਾ ਭਾਬੀ, ਆ ਚਾਹ ਲੈ ਕੇ ਆਈ ਸੀ ਮੈਂ ਤਾਂ, ਪੀ ਲਓ ਚਾਹ। ਚਾਹ ਕੋਈ ਨਹੀਂ, ਚਾਹ ਤਾਂ ਪੀ ਲੈਣੇ। ਮੇਰੀ ਗੱਲ ਸੁਣ, ਉਧਰ ਮੱਝਾਂ ਕੰਨੀ ਨਾ, ਨਾ ਤਾਂ ਬੋਹਾ ਬੂਹਾ ਪਿੱਛੇ ਟਾਈ, ਤੇ ਨਾਲੇ ਧਾਰ ਕੱਢ ਹੀ ਲਿਆ ਜਾ ਕੇ ਜਾ ਫਿਰ। ਠੀਕ ਹੈ ਭਾਬੀ, ਨਾਲੇ ਧਾਰਾ ਕੱਢਿਆ ਨਾ, ਉੱਥੇ ਸਿੱਟ ਕੇ ਵੀ ਆਉਣਾ ਬਹੁ ਕੁੜਾ ਕਿੱਥੇ ਲੱਗ ਗਿਆ? ਨਾ ਨਾ, ਹੋਰ ਸਿੱਟਣ ਕੀ, ਕੋਈ ਨੌਕਰਾਂ ਨਹੀਂ ਆਊਗੀ, ਤੂੰ ਸਿੱਟੇ ਹੀ ਫਿਰ ਕੀ ਜਾਏਂਗੀ, ਇਕੱਠੇ ਹੀ ਨਵੇੜੇ ਕੰਮ। ਬੜੇ ਬਹਿ ਜਾ ਤੂੰ ਇੱਥੇ, ਕਿਉਂ ਕੀ ਗੱਲ? ਚਾਹ ਬਣਾ ਦੀ ਜਵਾਕੜੀ ਨੇ, ਇੰਨੇ ਹੀ ਥੋੜਾ ਥੋੜਾ ਇਹ। ਫੇਰ ਕੀ ਆਫਤ ਆ ਗਈ, ਉੱਠ ਕੇ ਬਣਾ ਲੈਂਦੀ ਬਹੁਤ ਅੜਕੀ ਉੱਠ ਖੜੀ। ਉਹ ਫੇਰ ਕੀ ਹੋ ਗਿਆ, ਚੰਗਾ ਹੁੰਦਾ ਸਵੇਰੇ ਸਵੇਰੇ ਉੱਠਣਾ, ਚਾਹ ਬਣਾ ਕੇ ਲਿਆਤੀ ਕੁੜੀ ਨੇ ਤੈਨੂੰ, ਗਾਹਾਂ ਤੂੰ ਕਹੀ ਨੀ, ਧਾਰਾਂ ਵੀ ਕੱਢ ਲਈ, ਗੋਹਾ ਵੀ ਅਟਾ ਦੀ, ਤੁਹਾਡੇ ਹੱਥਾਂ ਦੇ ਮਹਿੰਦੀ ਲੱਗੀ ਆ, ਮੈਨੂੰ ਐਂ ਦੱਸ। ਉਹ ਮੈਂ ਤਾਂ ਉੱਠ ਕੇ ਕਰ ਹੀ ਲੈਂਦੀ, ਮੇਰਾ ਸਿਰ ਦੁਖੀ ਜਾਂਦਾ ਸੀ, ਮੈਂ ਉਹਨੂੰ ਤਾਂ ਕਹਿਤਾ ਵੀ ਜਾਏਂਗੀ ਉੱਧਰ, ਭਾਈ ਤੂੰ ਉਹ ਵੀ ਸਿੱਟੇ ਹੀ ਮਾੜਾ ਗੋਹਾ, ਫਿਰ ਤਾਂ ਸੰਜੂ ਆਪਦੇ ਘਰੇ ਨੀ ਕੰਮ ਕਰਦੀ ਸੀ। ਫਿਰ ਕੋਈ ਗੱਲ ਨੀ, ਸਮਝੀਦਾ ਹੁੰਦਾ, ਹਾਲਾਤ ਸਮਝੀਦੇ ਹੁੰਦੇ ਨੇ, ਤੇਰਾ ਸਿਰ ਕਾਹਦੇ ਨਾਲ ਦੁਖੀ ਹੁੰਦਾ ਤੜਕੀ ਤੜਕੇ? ਮੇਰਾ ਸਿਰ ਦੁਖੀ ਜਾਂਦਾ ਗਾ, ਕਿਸ਼ਤ ਪਹਿਲਾਂ ਟੁੱਟ ਗਈ ਸੀ ਘਰ ਦੀ, ਜਿਹੜਾ ਲੋਨ ਲੈਤਾ ਪਿਆ ਸੀ, ਦੂਜੀ ਫੇਰ ਹੁਣ ਸਿਰ ਤੇ ਆਈ ਪਈ ਹੈਗੀ। ਉਹ ਕੋਈ ਗੱਲ ਨੀ, ਭਰ ਦਿਆਂਗੇ, ਕੋਈ ਗੱਲ ਨੀ, ਕਿਸ਼ਤ ਟੁੱਟ। ਪਿਛਲੇ ਮਹੀਨੇ ਵੀ ਕਹਿੰਦੇ ਸੀ ਦੋਸਤੋ, ਦੋਵੇਂ ਭਰਾ ਭਰ ਦਾਂਗੇ, ਹੋਰ ਖਰਚੇ ਨੀ ਤੁਹਾਡੇ ਤਾਂ ਲੋਟ ਆਉਂਦੇ, ਉੱਤੋਂ ਲਿਆ ਕੇ ਦੋ ਹੋਏ ਬਠਿਆਲੇ। ਉਹ ਕੋਈ ਗੱਲ ਨੀ, ਭਰ ਦਿਆਂਗੇ, ਕਿਉਂ ਬੋਲੀ ਜਾਂਦੀ ਰਹਿੰਦੀ ਆ ਵਿਚਾਰੀ ਨੂੰ, ਬਿਨਾਂ ਮਤਲਬ ਤੋਂ ਦੋ ਲਿਆ ਕੇ ਬਿਠਾ ਲੇ, ਮਜਬੂਰੀ ਦੇ ਮਾਰੇ ਆਏ ਨੇ, ਕੋਈ ਉਹਦਾ ਨਾ ਕਿਹਾ ਸੁੱਖੀ ਸੰਦੀ ਆਉਂਦਾ ਕੋਈ ਕਿਸੇ ਦੇ? ਪਹਿਲਾਂ ਮੈਨੂੰ ਇੱਕ ਗੱਲ ਦੱਸ, ਕਿਉਂ ਸਾਰਾ ਦਿਨ ਤੂੰ ਐਵੇਂ ਬਿਨਾਂ ਮਤਲਬ ਤੋਂ ਕੋਸੀ ਜਾਂਦੀ ਉਹਨੂੰ? ਅਜੇ 2 ਦਿਨ ਹੋਏ ਨੇ ਇਹਨੂੰ ਆਈ ਨੂੰ, ਤੂੰ ਉਹਦੇ ਜੀਣਾ ਦੁੱਬਰ ਕਰ ਰੱਖਿਆ ਵਿਚਾਰੀ ਦਾ। ਮੈਂ ਤਾਂ ਕੀ ਜੀਣਾ ਦੁੱਬਰ ਕੀਤਾ, ਦੋਸਤੋਂ ਹੀ ਲੱਗੇ ਨੇ, ਚਾਹ ਪੀ ਲਓ ਤੜਕੇ ਤੜਕੇ, ਚਾਹ ਤਾਂ ਪੀ ਲੈਣ ਦੋ। ਇਹ ਵੀ ਉਸੇ ਦੀ ਬਣਾਈ ਹੋਈ ਹੈ, ਮੈਂ ਚੜਾ ਕੇ ਮਾਰੂ ਕੱਪ ਜਿਹਾ, ਤੁਸੀਂ ਟਿਕ ਕੇ ਬਹਿ ਜਾਓ, ਬਾਹਲਾ ਬੋਲਦੇ ਨਾਲੇ ਪਤਾ ਤੁਹਾਨੂੰ, ਆ ਘਰ ਜਾ ਮੇਰੇ ਨਾਂ ਦੀ ਆ, ਨਾਲ ਹੀ ਆਪਦੇ ਭੈਣ ਦੇ ਉੱਥੇ ਵਗ ਜਾ। ਚੰਗੀ ਸ਼ਾਬਾਸ਼ ਦਿੰਦੀ ਹੈ, ਹਾਂ ਮੂੰਹ ਮਾ ਧੋ ਲਿਆ ਕਰ, ਕੱਪ ਚੱਕ ਲੈ ਜੀ, ਹੱਦ ਹੋਈ ਪਈ ਹੈ। ਜਿਹਦੇ ਮੈਂ ਤੈਨੂੰ ਇੱਕ ਗੱਲ ਕਹਿੰਦੀ ਸੀਗੀ, ਤੁਸੀਂ ਨਾ ਮੇਰਾ ਕਰਕੇ ਤੁਸੀਂ ਨਾ ਆਪਸ ਦੀ ਲੜਿਆ ਕਰੋ, ਨਾ ਬੋਲਿਆ ਕਰੋ, ਮੇਰਾ ਕੀ ਆ, ਨਾਲੇ ਕੰਮ ਤਾਂ ਮੇਰੇ ਘਰ ਨਾ ਵੀਰੇ, ਉੱਥੇ ਹੀ ਮੈਂ ਕੰਮ ਕਰਦੀ ਸੀ, ਇੱਥੇ ਕਰਨ ਨੂੰ ਫਿਰ ਕਿਹੜਾ ਕੋਈ ਵੱਡੀ ਗੱਲ ਆ, ਇਹ ਵੀ ਮੇਰਾ ਆਪਦਾ ਘਰ ਹੀ ਆ। ਚੱਲ ਕੋਈ ਨਹੀਂ ਭੈਣੇ, ਮੇਰੇ ਹੱਥ ਬਸ ਕੁਛ ਨਹੀਂ ਹੈਗਾ, ਠੀਕ ਹੈ, ਤੂੰ ਕੋਈ ਗੱਲ ਨਾ ਗੁੱਸਾ ਨਾ ਕਰੇਗਾ, ਠੀਕ ਹੈ, ਪਰਮਾਤਮਾ ਭਲੀ ਕਰੂਗਾ। ਮੈਂ ਤਾਂ ਇਹ ਕਹਿੰਦੀ ਬਾਈ, ਤੁਸੀਂ ਨਾ ਕਲੇਸ਼ ਪਾਇਆ ਕਰੋ। ਮੰਮੀ ਕੀ ਕਹਿੰਦੇ ਹੁੰਦੇ ਸੀ, ਭਾਂਡੇ ਮਾਂਜੀ ਚੁੱਟ ਖੜਾ ਪੁੱਤ। ਹਾਂ ਜੀ ਮਾਂ, ਮੰਮੀ ਦੁੱਧ ਪੀਣਾ ਸੀ। ਹਾਂ ਪੁੱਤ, ਮੈਂ ਪਾ ਕੇ ਰੱਖਿਆ ਸੀ, ਮੈਨੂੰ ਪਤਾ ਹੀ ਹੈ ਤੇਰਾ ਦੁੱਧ ਪੀਣਾ। ਮੰਮੀ ਮਰ ਜਾ, ਕਿਤਾ ਬੋਡੇ ਦੁੱਧ ਦਾ ਗਲਾਸ ਭਰ ਕੇ ਲੈ ਜਾਈ ਦੁੱਧ ਦਾ। ਭਾਬੀ ਫੇਰ ਕੀ ਹੋ ਗਿਆ, ਆਪਣੇ ਤਾਂ ਘਰ ਦਾ ਦੁੱਧ, ਨਾਲੇ ਮੈਂ ਤੜਕੀ ਉੱਧਰ ਕੰਮ ਕਰਿਆ ਹੀ ਸੀ, ਗੋਹਾ ਕੂੜਾ ਨਾਲੇ ਮੈਂ ਦੁੱਧ ਧਾਰਾਂ ਕੱਢ ਲਈ, ਉਹ ਪਿਆ ਦੁੱਧ ਬਾਲਟੀ ਭਰਿਆ ਥੋੜਾ ਦੁੱਧ ਆਪਣੇ ਦੇ ਘਰ ਦਾ ਦੁੱਧ ਆ, ਤਾਂ ਮੈਂ ਥੋੜੀ ਬਰਬਾਦ ਕਰਨਾ ਗਾ, ਕਿਲੋ ਦੁੱਧ ਰੱਖਦੇ ਆ ਘਰ, ਬਾਕੀ ਡੇਰੀ 'ਚ ਪਾਉਂਦੇ ਆਗੇ। ਭਾਬੀ ਮੈਨੂੰ ਇਹ ਗੱਲ ਦਾ ਤਾਂ ਪਤਾ ਨਹੀਂ ਸੀ, ਨਾਲੇ ਇਹ ਨਾ ਚਾਹ ਹੀ ਨਹੀਂ ਪੀਂਦਾ, ਤੜਕੇ ਉੱਠ ਕੇ ਬਸ ਇਹ ਦੁੱਧ ਹੀ ਪੀਂਦਾ। ਤੈਨੂੰ ਚਾਹ ਤਾਂ ਵੀ ਆ, ਅੱਗੇ ਸਾਡੇ ਦਿਮਾਗ 'ਚ ਘੱਟ ਟੈਨਸ਼ਨ ਸੀ, ਜਿਹੜੇ ਹੁਣ ਦੋ ਰੋਟੇ ਲੱਗਦੇ ਸਾਨੂੰ ਆ ਕੇ, ਚੱਲ ਥੋੜਾ ਇੰਨਾ ਖਰਚਾ ਚੱਕੀ ਆ ਜੇ ਉਹੀ ਬਹੁਤ ਆ। ਚੱਲ ਕੋਈ ਨਾ ਭਾਬੀ, ਗਾਹਣ ਮੈਂ ਇਹਨੂੰ ਚਾਹ ਦੇ ਦਿਆਂ, ਤੁਹਾਨੂੰ ਦੁੱਧ ਨਹੀਂ ਦਿਆ ਕਰਦੇ। ਆਹੋ ਦੇ ਦੇ ਇਹਨੂੰ ਚਾਹ।
चल कोई ना मेरे नाली बाहर चलो भी फिर। हाँ तू भी मन से जाना है ना, चल आप इकट्ठे चल रहे कोई गल नहीं। वीरे मैं ना एक गल कहनी सी। भैया भैने कोई नहीं, दस की कहती सी। वीरे मैं ज्यादा नहीं कुछ, मैं तो बस इन्ने कहती सी कि इमतन उत्थे अठवीं क्लास च पढ़ता सी, उहदी पढ़ाई खराब होगी, मैं क्या इत्थे ला दिंदे उहनूं स्कूल। कोई गल नहीं भैने, फिक्र ना कर, तू असीं बाजार जांदे आ, जिहड़े भी स्कूल च उहदा दाखला होया तां मैं शहर पुछिया उहनांगा, उत्थे आपां उहनूं दाखल करा देंगे, ठीक है? नहीं भाई शहर च नहीं, आपां इत्थे ना सरकारी स्कूल च ला देने, इत्थे आपां पढ़े, इत्थे ओह पढ़ लूगा, दस ही पढ़ू किहड़ा बाहर पढ़ने आउणा। ਉਹ ਪਿੰਡ ਵਾਲੇ ਸਕੂਲ 'ਚ ਭੈਣੇ ਕਿਹੜੀਆਂ ਪੜ੍ਹਾਈਆਂ ਹੁੰਦੀਆਂ ਨੇ, ਕੋਈ ਨਹੀਂ ਆਪਾਂ ਸ਼ਹਿਰ ਲਾਵਾਂਗੇ ਉਹਨੂੰ, ਤੂੰ ਫਿਕਰ ਨਾ ਕਰਿਆ ਕਰ ਇਹੀਆਂ ਗੱਲਾਂ ਦੀ। ਚੱਲ ਤੂੰ ਕੋਈ ਨਹੀਂ, ਚੰਗਾ ਅਸੀਂ ਜਾਂਦੇ ਹਾਂ। ਚੰਗਾ ਆ ਜਾ ਬਿੰਦਰ ਜੀ। ਲੈ ਮਹਾਰਾਣੀ ਦਾ ਆ ਰਹਿੰਦਾ ਸੀ ਰੰਗ ਦਿਖਾਉਣ ਵਾਲਾ, ਲਾ ਦੋ ਆਖੇ ਉਹਨੂੰ ਸਕੂਲ 'ਚ, ਖਰਚਾ ਕੌਣ ਚੁੱਕੂਗਾ ਭਾਈ? ਨਹੀਂ ਭਾਬੀ ਮੈਂ ਤਾਂ ਸਰਕਾਰੀ ਸਕੂਲ ਦੀ ਗੱਲ ਕਰਦੀ ਸੀ, ਮੈਂ ਪ੍ਰਾਈਵੇਟ ਤਾਂ ਆਪ ਹੀ ਨਹੀਂ ਕਹਿੰਦੀ ਬਾਈ ਨੂੰ। ਤੂੰ ਤਾਂ ਨਹੀਂ ਕਹਿੰਦੀ, ਉਹਦਾ ਵੀ ਪਤਾ ਤੈਨੂੰ, ਧਸਨੇ ਕਰਦੀ ਆ, ਤੈਨੂੰ ਪਤਾ ਵੀ ਮੇਰੇ ਭਰਾ ਨੇ ਸਰਕਾਰੀ ਚ ਲਾਉਣਾ ਨੀ, ਪ੍ਰਾਈਵੇਟ ਚ ਲਾਊ, ਤੈਨੂੰ ਐ ਪਤਾ ਵੀ ਕਿਵੇਂ ਟਾਈਮ ਪਾਸ ਕਰਦੇ ਆ। ਮੈਂ ਤਾਂ ਐ ਕਹਿੰਦੀ ਸੀ ਭਾਬੀ, ਪੜ੍ਹ ਲਿਖ ਕੇ ਨਾ ਮਾੜਾ ਮੋਟਾ ਕੁਛ ਸੰਭਲ ਜੂ, ਪਹਿਲਾਂ ਉਹਦਾ ਪਿਓ ਕਿੰਨੇ ਨਸ਼ੇ ਪੱਤੇ ਕਰਦਾ ਸੀ, ਦਾਰੂ ਪੀਂਦਾ ਸੀ, ਮੈਂ ਚੱਲੇ ਸਿਆਣਾ ਹੋ ਜੂ, ਪੜ੍ਹ ਲਿਖ। ਨਸ਼ੇੜੀ ਦਾ ਪੁੱਤ ਨਸ਼ੇੜੀ ਹੋਊਗਾ, ਐਸਐਸਪੀ ਲੱਗਣ ਲੱਗਿਆ ਉਹ ਪੜ੍ਹ ਕੇ, ਖੇਤ ਦਾ ਕੰਮ ਸਿੱਖ ਲੈ, ਸਾਰੀ ਵੇਚ ਕੇ ਪਹਿਲਾਂ ਉਹ ਖਾ ਗਿਆ। ਸਹੀ ਕਹਿੰਦੀ ਆ ਦੀਦੀ, ਪੜ੍ਹਾ ਕੇ ਹੁਣ ਡੀਐਸਪੀ ਲਾਉਣਾ, ਨਾ ਤੈਨੂੰ ਪਤਾ ਲਿਮਟਾਂ ਟੁੱਟੀਆਂ ਪਈਆਂ ਬੈਂਕ ਦੀਆਂ। ਰੋਟੀਆਂ ਚੰਗਾ ਚੋਖਾ ਤੈਨੂੰ ਖਾਣ ਨੂੰ ਚਾਹੀਦਾ, ਚੰਗਾ ਪਹਿਨਣ ਨੂੰ ਚਾਹੀਦਾ। ਜੇ ਭਾਬੀ ਪਰਮਾਤਮਾ ਨੇ ਵਰਤ ਪਾ ਗਿਆ ਤਾਂ ਮੈਂ ਤੁਹਾਡੀਆਂ ਸੁਣਦੀ, ਮੈਂ ਅੱਗੇ ਕਿੰਨਾ ਕਾਉਂਦੀ ਹੁੰਦੀ ਸੀ, ਕੀਮਤ ਦੇ ਡੈਡੀ ਹੁੰਦੇ ਸੀ, ਕਿੰਨਾ ਖਾ ਕੇ ਬੈਠਦੇ ਸੀ ਇੱਥੇ, ਕਦੇ ਇੱਕ ਦਿਨ ਰਾਤ ਵੀ ਨਹੀਂ ਰਹੀ ਸੀ ਮੈਂ। ਇਹੋ ਜਿਹੇ ਪਖੰਡ ਨਾ ਸਾਡੇ ਕੋਲੇ ਨਹੀਂ ਚੱਲਦੇ, ਇਹ ਤੇਰੇ ਤੇਰੇ ਭਰਾਵਾਂ ਕੋਲ ਹੀ ਚੱਲ ਸਕਦੇ, ਸਮਝ ਗਈ ਨਾ? ਸਾਨੂੰ ਰੋ ਕੇ ਨਾ ਦਿਖਾਇਆ ਕਰਨਾ, ਰੋਂਦੀ ਰਹੀ ਆ ਪਹਿਲੇ, ਅਸੀਂ ਤਾਂ ਉੱਥੇ ਦੁਖੀ ਆ। ਹਾਂ ਸਾਡੇ ਘਰੇ ਮਨੂਸਾ ਕੱਲ ਲੈ ਕੇ ਆ ਗਈ, ਉਹਦੇ ਨਾਲ ਕਲੇਸ਼ ਪਿਆ, ਉਹਦੇ ਨਾਲ ਪਿਆ ਜਿੱਦੇ ਦੀ ਤੂੰ ਆਈ ਆ। ਭਾਬੀ ਮੈਂ ਕਿਹੜਾ ਸ਼ੌਂਕ ਨੂੰ ਇੱਥੇ ਆ ਕੇ ਬੈਠੀ ਆ ਨਾ, ਮੇਰੇ ਕਰਮ 'ਚ ਜਿਹੜਾ ਕੁਛ ਲਿਖਿਆ ਸੀ ਮੈਂ ਆ ਕੇ ਬਹਿ ਗਈ, ਮੈਂ ਚੱਲ ਆਪਦਿਆਂ ਦਾ ਸਹਾਰਾ ਹੁੰਦਾ, ਮੇਰੇ ਭਰਾ ਕਿਹੜਾ ਮੇਰੇ ਤੋਂ ਮੂੰਹ ਮੋੜਦਾ। ਤੂੰ ਮਾੜਾ ਮੋਟਾ ਤਾਂ ਸੋਚ ਲਾ ਵੀ ਸਾਡੇ ਤੇ ਵੀ ਕੀ ਉਮੀਦ ਰਹੀ ਆ, ਸਾਡੇ ਵੀ ਘਰ ਜਵਾਕ ਚੱਲੇ ਆ ਨਾਲੇ, ਸਾਡੇ ਤਾਂ ਨਾ ਗੱਲ ਉੱਠਾ ਦੇ। ਕੋਈ ਨਾ ਭਾਬੀ, ਤੂੰ ਕਹਿੰਦੇ ਛੋਟੀ ਭਾਬੀ ਨੂੰ ਮੇਰੇ ਤੋਂ ਗਲਤੀ ਹੋ ਗਈ, ਮੈਂ ਨਹੀਂ ਕੀਮਤ ਨੂੰ ਸਕੂਲ ਲਾਉਣ ਵਾਲੀ, ਹੁਣ ਨਹੀਂ ਕਹਿੰਦੀ, ਜਦੋਂ ਬਾਈ ਮੰਡੀ ਤੋਂ ਆਏ ਮੈਂ ਤਾਂ ਕੁਛ ਨਹੀਂ ਕਹਿੰਦੀ, ਮੈਂ ਤਾਂ ਕੋਈ ਕੀਮਤ ਕਹਿੰਦਾ ਵੀ ਮੈਂ ਤਾਂ ਮਾਮੇ ਨਾਲ ਕੋਈ ਕੰਮ ਸਿੱਖਣਾ ਵਾ, ਸੇ ਇੱਥੇ ਲੱਗ ਗਈ ਲੱਗਣਾਗਾ। ਹੁਣ ਉਹ ਕਹੂਗਾ ਇਹਨੇ ਕਿਹਾ, ਪਹਿਲਾਂ ਤੇਰੇ ਵਿਆਹ ਦਾ ਕਰਜ਼ਾ ਤਾਰਦਾ ਮਰ ਗਿਆ ਉਹ, ਫਿਰ ਇਹਨਾਂ ਦੇ ਵਿਆਹ ਦਾ ਹਜੇ ਤੱਕ ਨਹੀਂ ਉਤਰਿਆ, ਘਰ ਤੱਕ ਕਰਜ਼ੇ 'ਚ ਡੁੱਬਿਆ ਵਿਆਹ ਦਾ, ਕਹਿ ਕੇ ਸਾਡੇ ਜੁੱਤੀਆਂ ਪਵਾ ਦੇ ਹੋਰ। ਹਾਂ ਭਾਬੀ ਫਿਰ ਕਰਜ਼ੇ ਕਿਹੜਾ ਧੀਆਂ ਵਿਚਾਰੀਆਂ ਚੜਾ ਕੇ ਜਾਂਦੇ, ਮੈਂ ਤਾਂ ਕੋਈ ਕਰਜ਼ਾ ਨਹੀਂ ਚੜਾਇਆ, ਮੈਨੂੰ ਤਾਂ ਹਾੜੇ ਤੁਸੀਂ ਨਾ ਆਏ ਜਾਂ ਕੁਛ ਸੁਣਾਓ, ਨਾਲੇ ਮੈਂ ਤਾਂ ਤੁਹਾਡੇ ਨਾਲ ਉਹ ਵੀ ਚੰਗੀ ਮਾਰੀ ਨਾ ਕੋਈ ਚੰਗੀ। ਮੇਰੇ ਮੂਹਰੇ ਕਹਿ ਕੇ ਬਾੜੇ ਜਵਾਨ ਨਾ ਚੜਾ, ਚੁੱਪ ਕਰ ਜਾ, ਉੱਤੋਂ ਦਾ ਢੰਗ ਕਰਦੀ ਆ ਉੱਤੋਂ ਜਵਾਨ ਚਲਾਉਣੀ ਆ, ਸਾਡੇ ਘਰੇ ਰਹਿ ਕੇ ਸਾਡੇ ਸਿਰ 'ਚ ਜਿੱਤਣਾ, ਹੱਦ ਹੋਈ ਪਈ ਆ, ਐਵੇਂ ਬੀਬੀ ਵਧਾਏਗੀ ਲੱਗੀ ਆ ਪਖੰਡ ਕਰਨਾ। ਜਵਾਨ ਤਾਂ ਕੈਂਚੀ ਵਾਂਗੂ ਚਲਾਉਂਦੀ ਆ ਇਹ, ਤੈਨੂੰ ਵੀ ਪਤਾ ਦੇਖ
अगला हरेक कहना हों भाई जा किसी जवाक की सोने की फोटो ला लो या गुरुआ की फोटो ला लो। तू देख मेरी गल सुन गुस्सा भावे कर दी हो तू गल सही है देखिए प्रेगनेंट आ तू ए तड़के तड़के विधवा मत्थे लगती है तेन आप सुख शांति रखनी चाहिए भी मेरी भरजाई के जवाक होने वाला भी मैं आप ही ख्याल रखा ये चीजा का। नहीं भाभी देख पीरे अर्गे जो घरे होंगे मैं चुप करके आपका काम कार करती रहनी हाँ मूहे तो मैं बोलना ही की है मैं तो साढ़े सामने रोनी हुई क्यों हाँ सारी जारी रोन तुरा मुंह लैके तुरी फिर दी है मूहे भीरे और सामने तो करना ही काम ਸਾਡੇ ਸਾਹਮਣੇ ਕੱਲਾ ਤੇਰਾ ਰੋਣਾ ਧੋਣਾ ਤੈਨੂੰ ਆਪ ਨੂੰ ਵੀ ਆ ਵੀ ਮੇਰੇ ਭਰਾ ਦੀ ਛੋਟੇ ਦੀ ਡੇਲੀ ਵੱਧਦੀ ਆ ਅੱਗੇ ਤੂੰ ਨਾ ਉਹਦੇ ਮੱਥੇ ਲੱਗਿਆ ਕਰੇ। ਨਹੀਂ ਭਾਬੀ ਉਹ ਤਾਂ ਬਸ ਐ ਵੀ ਬੈਠੀ ਬੈਠੀ ਤਾਂ ਮੇਰਾ ਮਨ ਭਰਿਆ ਆ ਬਸ ਐ ਵੀ ਰੋ ਵੀ ਮੈਂ ਅੱਗੇ ਤੋਂ ਰੋਂਦੀ ਨੀਗੀ ਕੰਮ ਕਰ ਲਿਆ ਕਰੂੰਗੀ ਆਪਦਾ ਬਸ ਰੋਂਦੀ ਨੀ ਗਈ ਕੋਈ ਨਾ ਭਾਬੀ ਕਰਦੀ ਆ ਕੰਮ ਹੀ ਕਰਦੀ ਆ ਉੱਠ ਖੜ ਕੰਮ ਕਰ ਲੈ ਸ਼ੇਖੜ ਕਰੀ ਜਾਂਦੀ ਆ ਗੱਲ ਸੁਣ ਸਰ ਵੀ ਕੁਛ ਖਾਣ ਨੂੰ ਨਹੀਂ ਪਿਆ ਨਹੀਂ ਜਾ ਕੁਛ ਖਾਣ ਨੂੰ ਲਿਆ ਮੈਂ ਦੇਖ ਕੇ ਆਉਣੀ ਆ ਰਸੋਈ ਚ ਕੀ ਬਣਿਆ ਵਾ ਚੱਲ ਲਿਆਉਣੀ ਆ ਜਾ ਲੈ ਆ ਤੂੰ ਕਹਿੰਦੀ ਸੀ ਮੈਂ ਚੌਲ ਚੂਲ ਜੇ ਬਣਾਏ ਹੋਣਗੇ ਉਹ ਲੈ ਆ ਚੱਲ ਲਿਆਉਣੀ ਆ ਦਿਮਾਗ ਖਰਾਬ ਕਰੀ ਰੱਖਦੀ ਓਹੋ ਸਿਰ ਦੁਖਣ ਲਾ ਮਾਮੀ ਜੀ ਮੈਂ ਟੀਵੀ ਦੇਖ ਲਾ ਦੇਖ ਲਾ ਵੇ ਤੇਰੇ ਰਹਿ ਜੀ ਸੀ ਕੰਮ ਮੈਂ ਤਾਂ ਤੁਹਾਨੂੰ ਕੰਜਰ ਕੋਲੇ ਚ ਦੱਸਣਾ ਭੁੱਲ ਗਈ ਵੀ ਤਾਂ ਆਪਣੇ ਵਾਸਤੇ ਖੀਰ ਬਣਾਈ ਸੀਗੀ ਮੈਂ ਤਾਂ ਅੱਛਾ ਅੱਛਾ ਚੱਲ ਨਹੀਂ ਵਧੀਆ ਹੋ ਗਿਆ ਹੋਰ ਸਿਰ ਦੁਖੀ ਜਾਂਦਾ ਸੀ ਹੋਰ ਮਿੱਠਾ ਤਾਂ ਪਤਾ ਨਹੀਂ ਕਿਵੇਂ ਪਿਆ ਹੋਊਗਾ ਚੱਲ ਕੋਈ ਗੱਲ ਨਹੀਂ ਹੁਣ ਮਰ ਜਾਂ ਦੇਖ ਲਾ ਕਿੰਨੀ ਮਾੜੀ ਨੀਤ ਉੱਲੂ ਵਰਗੀ ਨੀ ਆ ਇਹਦੀ ਇਹ ਤਾਂ ਹੈ ਮਾੜੀ ਨੀਤ ਵਾਲਾ ਮਾਂ ਵਰਗਾ ਕਿਵੇਂ ਝਾਕਦਾ ਗਾ ਨਹੀਂ ਤੇ ਮੈਂ ਆਕੜ ਚ ਉੱਠ ਕੇ ਗਿਆ ਸੀ ਮਾਂ ਨੂੰ ਲੁੱਤਣਾ ਲਾਉ ਜਾ ਕੇ ਲੈ ਫਿਰ ਆਕੜੀ ਜਾਂਦੇ ਆਪਣੇ ਤੇ ਕੋਈ ਸਹਾਨ ਕਰਦੇ ਨੇਗੇ ਪਾਲ ਦੇ ਖੀਰਾ ਪਈ ਨੂੰ ਉੱਥੇ ਪਾ ਕੇ ਖਾ ਲੂਗਾ ਆਪੀ ਕਾਣੂ ਮੈਂ ਤਾਂ ਬਣਾਈ ਥੋੜੀ ਜੀ ਸੀਗੀ ਆਵੇ ਗੱਲ ਵਧੀਆ ਆਪਦੇ ਜੋਗੀ ਬਣਾ ਲਿਆ ਕਰ ਚੀਜ਼ ਠੇਕਾ ਲਿਆ ਇਹਨਾਂ ਦਾ ਹਾਂਜੀ ਸਤਿ ਸ੍ਰੀ ਅਕਾਲ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਜਿਹੜੇ ਦੋਸਤਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਦਿੱਤੀ ਬੈਲ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਆਉਣ ਵਾਲੀਆਂ ਵਧੀਆ ਵਧੀਆ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਦੱਬ ਕੇ ਕਰਦਿਆ ਕਰੋ ਸ਼ੇਅਰ ਕਿਉਂਕਿ ਤੁਹਾਡੇ ਪਿਆਰ ਤੇ ਸਹਿਯੋਗ ਦੀ ਸਾਨੂੰ ਵੱਧ ਤੋਂ ਵੱਧ ਲੋੜ ਹੁੰਦੀ ਹੈ। ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ।